ਮੈਂਗੋ ਸ਼ੇਕ ਪਿੱਛੇ ਪਤੀ ਨੇ ਕੁੱਟੀ ਪਤਨੀ। ਦੇਰੀ ਨਾਲ ਸ਼ੇਕ ਦੇਣ ਤੋਂ ਹੋਇਆ ਗੁੱਸੇ। ਮੂੰਹ ਜਰਾ ਫਸਾ ਕੀਤੀ ਕੁੱਟਮਾਰ। ਇੱਕ ਮਹੀਨੇ ਦੀ ਪ੍ਰੈਗਨੈਂਟ ਸੀ ਮਹਿਲਾ। ਕੁੱਟਮਾਰ ਤੋਂ ਬਾਅਦ ਹੋਇਆ ਮਿਸਕੈਰੇਜ। ਸੱਸ ਅਤੇ ਸਹੁਰੇ ਤੇ ਵੀ ਲੱਗੇ ਕੁੱਟਮਾਰ ਦੇ ਇਲਜ਼ਾਮ। ਡੇਢ ਘੰਟਾ ਟੋਰਚਰ ਕਰ ਛੱਡ ਆਏ ਪਿੱਕੇ। ਤਾਂ ਕੋਈ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਹੈ? ਤਾਂ ਦੱਸ ਦਈਏ ਕਿ ਇਸ ਮਹਿਲਾ ਦੇ ਪਤੀ ਅਤੇ ਸੱਸ ਸਹੁਰਾ ਨੇ ਇਸ ਦੇ ਨਾਲ ਕੁੱਟਮਾਰ ਕੀਤੀ ਹੈ, ਕਿਉਂਕਿ ਇਸ ਮਹਿਲਾ ਨੇ ਮੈਂਗੋ ਸ਼ੇਕ ਦੇਰੀ ਦੇ ਨਾਲ ਦਿੱਤਾ ਸੀ। ਇਹ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ। ਤਾਂ ਦੱਸ ਦੇ ਕਿ ਮਾਮਲਾ ਟਾਂਡਾ ਦਾ, ਜਿੱਥੇ ਇਸ ਮਹਿਲਾ ਨੇ ਦੱਸਿਆ ਕਿ ਜਦ ਸਹੁਰੇ ਪਰਿਵਾਰ ਦੇ ਵਿੱਚ ਇਸਨੇ ਮੈਂਗੋ ਸ਼ੇਕ ਦਿੱਤਾ ਤਾਂ ਸੱਸ ਸਹੁਰਾ ਇਸ ਨੂੰ ਗਾਲੀ ਗਲੋਚ ਕਰਨ ਲੱਗ ਜਾਂਦੇ ਨੇ ਕਿ ਇੰਨੀ ਦੇਰੀ ਦੇ ਨਾਲ ਕਿਉਂ ਦਿੱਤਾ ਗਿਆ। ਜਿਸ ਤੋਂ ਬਾਅਦ ਪਤੀ ਇਸ ਨੂੰ ਕਮਰੇ ਦੇ ਵਿੱਚ ਲਿਜਾਂਦਾ ਹੈ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ। ਆਵਾਜ਼ ਬਾਹਰ ਨਾ ਜਾਵੇ ਤਾਂ ਪਤੀ ਦੇ ਵੱਲੋਂ ਇਸਦੇ ਮੂੰਹ ਦੇ ਵਿੱਚ ਜਰਾਬ ਪਾ ਦਿੱਤੀ ਜਾਂਦੀ ਹੈ। ਤਾਂ ਮਹਿਲਾ ਨੇ ਦੱਸਿਆ ਕਿ ਉਸਦੇ ਵੱਲੋਂ ਕਮਰੇ ਦੇ ਵਿੱਚੋਂ ਨਿਕਲਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ, ਤਾਂ ਪਤੀ ਕਰੀਬ ਡੇਢ ਘੰਟਾ ਤੱਕ ਇਸ ਨੂੰ ਕਮਰੇ ਦੇ ਵਿੱਚ ਹੀ ਟੋਰਚਰ ਕਰਦਾ ਰਹਿੰਦਾ। ਜਿਸ ਤੋਂ ਬਾਅਦ ਇਸ ਮਹਿਲਾ ਨੇ ਦੱਸਿਆ ਕਿ ਇਸਦੇ ਵਿੱਚ ਇਸਦੀ ਇੱਕ ਡੇਢ ਸਾਲ ਦੀ ਬੱਚੀ ਸੀ, ਉਸਦੇ ਵੀ ਪੈਰਾਂ 'ਤੇ ਸੱਟਾਂ ਲੱਗੀਆਂ ਨੇ। ਤਾਂ ਇੱਕ ਮਹੀਨੇ ਤੋਂ ਇਹ ਪ੍ਰੈਗਨੈਂਟ ਚੱਲ ਰਹੀ ਸੀ, ਤਾਂ ਇਸਦੇ ਵਿੱਚ ਇਸਦਾ ਮਿਸਕੈਰੇਜ ਵੀ ਹੋ ਗਿਆ, ਅਤੇ ਜਿਸ ਤੋਂ ਡੇਢ ਘੰਟਾ ਬਾਅਦ ਇਸ ਨੂੰ ਇੱਕ ਸਟੋਰ ਰੂਮ ਦੇ ਵਿੱਚ ਵੀ ਬੰਦ ਰੱਖਿਆ ਗਿਆ। ਤਕਰੀਬ 4 ਘੰਟੇ ਤੱਕ ਇਸ ਮਹਿਲਾ ਨੂੰ ਉਹ ਟੋਰਚਰ ਕਰਦੇ ਰਹਿੰਦੇ ਨੇ, ਜਿਸ ਤੋਂ ਬਾਅਦ ਸੱਸ ਸਹੁਰਾ ਇਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਇਸਦੇ ਪੇਕੇ ਛੱਡ ਆਉਂਦੇ ਨੇ, ਅਤੇ ਪੇਕਾ ਪਰਿਵਾਰ ਦੇ ਵੱਲੋਂ ਇਸਦੀ ਹਾਲਤ ਨੂੰ ਵੇਖ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਕਰੀਬ 4 ਦਿਨ ਤੱਕ ਇਹ ਮਹਿਲਾ ਹਸਪਤਾਲ ਦੇ ਵਿੱਚ ਦਾਖਲ ਰਹਿੰਦੀ ਹੈ, ਅਤੇ ਹੁਣ ਇਹ ਮਹਿਲਾ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਇੱਕ ਵਾਰ ਦਾ 8 ਤਰੀਕ ਸ਼ਾਮ ਦੀ ਹੈ, 5:30 ਵਜੇ ਦੀ ਵਾਰ ਦਾ ਹੈ ਸਾਰੀ। ਮੇਰਾ ਵਿਆਹ 19 ਜਨਵਰੀ ਨੂੰ ਹੋਇਆ 2022 'ਚ। ਇਹ ਵੈਸੇ ਸਾਰਾ ਜਿਹੜਾ ਵੀ ਹੈ ਇਹ ਸ਼ੁਰੂ ਤੋਂ ਚੱਲਦਾ ਆ ਰਿਹਾ, ਵਿਆਹ ਤੋਂ ਬਾਅਦ ਹੀ ਸ਼ੁਰੂ ਹੋ ਗਿਆ। ਮੇਰਾ ਟਾਂਡੇ ਵਿਆਹ ਹੋਇਆ ਹੈ, ਖਾਸ ਟਾਂਡੇ। ਹਾਂਜੀ, ਬਿਜਲੀ ਘਰ ਰੋਡ 'ਤੇ ਮੇਰੇ ਕੋਲ ਸਹੁਰੇ ਪਰਿਵਾਰ ਹੈ। ਇਹਨਾਂ ਨੇ ਬਸ ਬੈਠੇ ਬੈਠੇ ਅਸੀਂ ਬੈਠੇ ਹੈਗੇ, ਅਸੀਂ ਕੁਛ ਖਾ ਰਹੇ ਸੀ, ਅਤੇ ਮਦਰ ਜੀ ਜਿਹੜੇ ਹੈਗੇ ਆ ਉਹਨਾਂ ਨੇ ਸਾਨੂੰ ਮਿੰਟੋ ਮਿੰਟ ਤੋਂ ਕਹਿੰਦੇ ਮੇਰੇ ਗਲਾਸ ਫੜਾ ਦੇ। ਮੈਂ ਚੀਜ਼ ਮੈਂ ਖਾਂਦੇ ਖਾਂਦੇ ਮੇਰੇ ਕੋਲ ਖੋਣ ਲੱਗ ਪਏ ਕਿ ਮੈਂ ਕਿਹਾ ਮੈਂ ਖਾ ਰਹੀ ਹਾਂ, ਪਰ ਇਹਨਾਂ ਨੇ ਕੀ ਕਿਹਾ, ਕਹਿੰਦੇ ਨਹੀਂ ਤੂੰ ਦਿਲ ਤੋੜ ਦੇਣਾ ਹੈ। ਇੰਨੀ ਗੱਲ ਹੁੰਦੀ ਹੈ, ਅਤੇ ਫਿਰ ਮੇਰੇ ਹਸਬੈਂਡ ਨੇ, ਮੈਂ ਕਿਹਾ ਮੈਂ ਨਹੀਂ ਤੋੜਨਾ, ਮੈਂ ਕਦੇ ਨਿਆਣੀ। ਇੰਨੀ ਹੀ ਗੱਲ ਹੁੰਦੇ ਹੁੰਦੇ ਮੇਰੇ ਹਸਬੈਂਡ ਜਿਹੜੇ ਹੈਗੇ ਉੱਠ ਕੇ ਤੁਰ ਪੈਂਦੇ ਆ, ਉਹ ਡਰਾਇੰਗ ਰੂਮ ਵੱਲ ਚਲੇ ਜਾਂਦੇ ਆ। ਉਸ ਤੋਂ ਬਾਅਦ ਉਹ ਆਉਂਦੇ ਗੁੱਸੇ 'ਚ ਆਉਂਦੇ ਆ, ਆਉਂਦੇ ਹੀ ਮੇਰੇ ਮਾਂ ਪਿਓ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ। ਮੇਰੇ ਫਾਦਰ ਕਦੇ ਸਾਡੇ ਘਰ ਅਲਾਓ ਨਹੀਂ ਹੈਗਾ ਕਿ ਕੋਈ ਉੱਥੇ ਜਾਵੇ। ਮੈਨੂੰ 2 ਸਾਲ ਹੋ ਗਏ ਵਿਆਹ ਤੋਂ, ਸਾਡਾ ਨਾ ਕੋਈ ਰਿਸ਼ਤੇਦਾਰ ਉੱਥੇ ਜਾਂਦਾ, ਨਾ ਹੀ ਮੇਰੇ ਮਾਪਿਆਂ ਨੂੰ ਜਾਂਦੀ ਇਜਾਜ਼ਤ। ਉੱਥੇ ਕਰਦੇ ਆ ਰਹੇ, ਮੈਨੂੰ 2 ਸਾਲ ਹੋ ਗਏ ਆ ਇਹ ਸਹਿੰਦਿਆਂ ਨੂੰ। ਇਹ ਵਾਰਦਾਤ ਕੁੱਟਮਾਰ ਦੀ ਵਾਰਦਾਤ ਇੱਕ ਵਾਰੀ ਨਹੀਂ ਹੋਈ, 4th-5th ਕੇਸ ਆ ਇਹ। ਚੌਥਾ 5ਵਾਂ ਕੇਸ ਹੈ। ਮੇਰੇ ਸੱਟਾਂ ਸਾਰੇ ਮੇਰੇ ਗਲੇ 'ਤੇ, ਮੇਰੇ ਬਾਹ 'ਤੇ, ਮੇਰੇ ਬੈਕ 'ਤੇ, ਮੇਰੇ ਢਿੱਡ 'ਚ ਲੱਤਾਂ ਮਾਰੀਆਂ, ਮੇਰੀ ਲੈਫਟ ਸਾਈਡ ਜਿਹੜੀ ਹੈਗੀ ਸਾਰੀ ਮੇਰੀ ਭੰਨੀ ਪਈ ਹੈ। ਮੇਰੇ ਕੋਲ ਥਾਂ ਤੁਰਿਆ ਜਾਂਦਾ, ਮੇਰੀ ਬੈਕ 'ਤੇ ਨੀਂ ਪਏ ਹੋਏ ਆ, ਮੇਰੀ ਸ਼ੋਲਡਰ 'ਤੇ ਆ, ਮੇਰੀ ਲੈਫਟ ਸਾਈਡ ਸਾਰੀ ਆ। ਅੰਦਰ ਬੱਚੇ ਕਿੰਨੇ ਤੁਹਾਡੇ? ਮੇਰੇ ਇੱਕ ਡਾਟਰ ਆ, ਸਿਰਫ 1.5 ਸਾਲ ਦੀ ਕੁੜੀ ਕੁੜੀ ਆ ਮੇਰੀ। ਹਸਬੈਂਡ ਕੀ ਕਰਦੇ? ਹਸਬੈਂਡ ਮੇਰੇ ਮਰਚੈਂਟ ਨੇਵੀ 'ਚ ਨੇ।
ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ? ਮੈਂ ਪੁਲਿਸ ਪ੍ਰਸ਼ਾਸਨ ਲਈ ਮੰਗ ਕਰਦੀ ਹਾਂ ਕਿ ਹੁਣ ਇਹਨਾਂ ਨੂੰ ਸਭ ਤੋਂ ਸਖ਼ਤ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹਨਾਂ ਦਾ ਹਰ ਵੇਲੇ ਮੂੰਹ ਪੈ ਚੁੱਕਾ ਹੈ। ਇੱਕ ਵਾਰ ਰੋਕਿਆ ਬੰਦਾ ਬਰਦਾਸ਼ਤ ਕਰਦਾ ਕਿ ਚਲੋ ਮਾਪਿਆਂ ਨੂੰ ਕਿ ਮਾਪਿਆਂ ਕਰਕੇ ਬੰਦਾ ਬਰਦਾਸ਼ਤ ਕਰ ਜਾਂਦਾ ਹੈ ਕਿ ਠੀਕ ਆ, ਪਰ ਹੁਣ ਇਹਨਾਂ ਦਾ ਮੂੰਹ ਪੈ ਚੁੱਕਾ ਹੈ, ਵੱਧਦੇ ਗਏ ਇਹ, ਹਰੇਕ ਵੱਲੋਂ ਵੱਧਦੇ ਗਏ ਇਹ। ਇਹਨਾਂ ਨੇ ਮੇਰੇ ਸਿਰ 'ਚ ਮੁੱਕੇ ਮਾਰੇ ਆ, ਮੈਨੂੰ ਪ੍ਰੀਸ ਕੇ ਸੁੱਟਿਆ ਗਿਆ ਆ, ਸਾਡੇ ਘਰ ਕੈਮਰੇ ਲੱਗੇ, ਸਾਰਾ ਰਿਕਾਰਡ ਆ, ਸਾਡੇ ਲੋਬੀ 'ਚ ਕੈਮਰਾ, 5:30 ਤੋਂ ਲੈ ਕੇ 7:45 ਦੀ ਰਿਕਾਰਡਿੰਗ ਚੈੱਕ ਕਰਾ ਸਕਦੇ। ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਲੰਮੇ ਪਏ ਨੂੰ? ਸਰ ਮੈਨੂੰ 3 ਦਿਨ ਸ਼ੁਰੂ ਹੋ ਗਏ। ਤੇ ਪੁਲਿਸ ਆਇਆ ਕੋਈ ਤੁਹਾਡਾ ਬਿਆਨ ਲੈਣ? ਕੋਈ ਨਹੀਂ ਆਇਆ, ਬਸ ਆਏ ਸੀ ਨਾਮ ਲੈ ਕੇ ਚਲੇ ਗਏ ਨੇ। 2 ਸਾਲ ਮੇਰੀ ਬੇਟੀ ਨੂੰ ਵਿਆਹ ਹੋ ਚੱਲਿਆ, 1.5 ਸਾਲ ਦੀ ਬੇਟੀ ਹੈ ਅਤੇ ਇਹ ਲੁੱਬੀ 'ਚ ਬੈਠੇ ਆ, ਅਤੇ ਲੁੱਬੀ 'ਚ ਬੈਠੇ ਖਾ ਪੀ ਰਹੇ ਸੀ, ਅਤੇ ਉਹਨਾਂ ਨੇ ਇਹਨੂੰ ਖਾਂਦੇ ਇਹ ਕਿਹਾ ਕਰ ਤੂੰ ਕਿ ਤੈਨੂੰ ਕੀ ਹੋਇਆ, ਅਤੇ ਕਹਿੰਦੇ ਵੀ ਮੈਂ ਆਪੇ ਜਗ੍ਹਾ ਖਾ ਲਊਂਗੀ, ਤੁਹਾਨੂੰ ਕੀ ਮਤਲਬ ਹੈ। ਅਤੇ ਜਦ ਉਹ ਬੇਟੀ ਨੇ ਇੰਨੀ ਗੱਲ ਕਹੀ ਅਤੇ ਉਹਨੇ ਡਾਕਟਰ ਨੂੰ ਇਹਨਾਂ ਨੇ ਜਿਹੜਾ ਉਹਦੇ ਘਰ ਵਾਲਾ ਜਿਹੜਾ ਅਜੀਤਪਾਲ ਵਾ ਅਤੇ ਇਹਦੀ ਮਦਰ ਜਿਹੜੀ ਆ ਮਨਦੀਪ ਕੌਰ, ਔਰ ਇਹਦਾ ਸਹੁਰਾ ਬਲਬੀਰ ਸਿੰਘ ਅਤੇ ਅਜੀਤਪਾਲ ਪੇਪਰ ਕੈਪਟਨ ਰੈਂਕ ਦੇ ਆ। ਅਸੀਂ ਗਰੀਬ ਪਰਿਵਾਰ ਵਾ, ਸਾਡੇ ਕੋਲ ਕੋਈ ਇੰਨੀ ਅਸੀਤ ਨਹੀਂ। ਜਿਸ ਵੇਲੇ ਅਸੀਂ ਰਿਸ਼ਤਾ ਕੀਤਾ ਇਹਦਾ ਅਤੇ ਉਦੋਂ ਇਹ ਕਹਿ ਰਿਹਾ ਸੀ ਕਿ ਸਾਨੂੰ ਕੁਛ ਨਹੀਂ ਚਾਹੀਦਾ। ਅਸੀਂ ਸੋਚਿਆ ਇਹ ਵੀ ਡੋਰਸ ਸੀਗੇ, ਅਸੀਂ ਵੀ ਡੋਰਸ ਸੀਗੇ, ਅਤੇ ਅਸੀਂ ਮੇਰੀ ਬੇਟੀ ਜਿਹੜੀ ਆ ਅਤੇ BSc ਡਿਗਰੀ ਕੀਤੀ ਹੋਈ ਆ, ਉਹ ਬੈਂਕ ਜੋਬ ਕਰਦੀ ਸੀ ਆਪਣੇ ਜਸ ਬੈਂਕ 'ਚ। ਇਹਨਾਂ ਦੇ ਕਹਿਣ 'ਤੇ ਅਸੀਂ ਜੋਬ ਵੀ ਛਡਾਈ, ਇਹਨੇ ਕਿਹਾ ਵੀ ਅਸੀਂ ਆਪੇ ਕਰ ਲਵਾਂਗੇ। ਹੈਂ ਮਗਰੋਂ ਅਸੀਹਤ ਤੇ ਬਣਦੀ ਰਹੀ, ਇਹਦੀ ਜੋਬ ਵੀ ਛਡਾ ਦਿੱਤੀ, ਇਹਨੂੰ ਪਰੇਸ਼ਾਨ ਵੀ ਕਰਨਾ ਪਿਆ। ਇਹਨੂੰ ਕਹਿਣ 'ਤੇ ਵੀ ਤੇਰੇ ਮਾਂ ਪਿਓ ਨੇ ਦਿੱਤਾ ਕੁਛ ਨਹੀਂ, ਤੇਰੇ ਮਾਂ ਪਿਓ ਨੇ ਵਿਆਹ ਨਹੀਂ ਕੀਤਾ। ਹੈਂ ਅਸੀਂ ਜੋ ਵੀ ਜ਼ਿਆਦਾ ਰਿਸ਼ਤਾ ਕੀਤਾ ਸੀ, ਕਲੀਅਰ ਕੱਟ ਗਿਆ। ਹਾਂਜੀ ਪਹਿਲਾਂ ਵੀ ਕੁੱਟਿਆ, 4th ਸਾਲ ਚਾਂਸਰ 2 ਸਾਲ ਦੇ ਵਿੱਚ। ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਾਰਵਾਈ ਕੀਤੀ ਜਾਵੇ। ਇਹ ਪਰਿਵਾਰ ਪੈਸੇ ਦਾ ਹੰਕਾਰੀ ਹੈ ਅਤੇ ਜੋ ਦੇਖੀ ਜਾਊ ਜੋ ਤੇਰੇ ਮਾਂ ਅਤੇ ਕੀ ਕਰ ਸਕਦੇ ਹਾਂ ਸਾਡੇ। ਅਤੇ ਹੋਰ ਮੇਰੇ ਕੋਲ ਇਹੀ ਸਾਰਾ ਹੈ, ਰੁਪਿੰਦਰਜੀਤ ਕੌਰ ਦੀ, ਜਿਹਦਾ ਇਲਜ਼ਾਮ ਹੈਗਾ ਵੀ ਇਹਦੇ ਸਹੁਰਿਆਂ ਵੱਲੋਂ ਇਹਦੀ ਕੁੱਟਮਾਰ ਕੀਤੀ ਜਾ ਰਹੀ ਹੈ। ਜਿਸ ਸੰਬੰਧੀ ASP ਬਲਵੀਰ ਸਿੰਘ ਕੱਲ੍ਹ ਸ਼ਾਮੀ ਬਿਆਨ ਲੈਣ ਗਿਆ ਸੀ ਇਹਨਾਂ ਦੇ, ਜਿਵੇਂ MLR ਮਿਲੇਗੀ, ਇਸ ਨੇ ਆਪਣੇ ਬਿਆਨ ਵਿੱਚ ਲਿਖਾਇਆ ਵੀ ਮੇਰੇ ਹਜੇ ਐਕਸਰੇ ਕਰਾਉਣੇ ਆ ਅਤੇ ਸਕੈਨਿੰਗ ਕਰਾਉਣੀ ਆ, ਮੈਂ ਜੋ ਸਕੈਨਿੰਗ ਅਤੇ ਐਕਸਰੇ ਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਜਿਹੜਾ ਆਪਣਾ ਬਿਆਨ ਜਿਹੜਾ ਪੂਰਾ ਦੇ ਕੇ ਕਾਰਵਾਈ ਕਰਾ ਲਵਾਂਗਾ।